ਅਜੀਤ ਵੈੱਬ ਟੀ ਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਟੈਣਾ। ਹਫ਼ਤਾਵਾਰੀ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ ਹਾਜ਼ਰ ਹਾਂ। ਬਾਲੀਵੁੱਡ ਅਤੇ ਪੋਲੀਵੁੱਡ ਦੀਆਂ ਸੰਗੀਤਕ ਖ਼ਬਰਾਂ ਦੇ ਨਾਲ ਜੁੜਿਆ ਹੋਇਆ ਇਹ ਪ੍ਰੋਗਰਾਮ ਤੁਹਾਡੇ ਵੱਲੋਂ ਪਸੰਦ ਕੀਤਾ ਜਾਂਦਾ ਹੈ, ਇਹਦੇ ਲਈ ਅਸੀਂ ਤੁਹਾਡੇ ਤਹਿ ਦਿਲੋਂ ਧੰਨਵਾਦੀ ਹਾਂ। ਬਾਲੀਵੁੱਡ ਦੀ ਗੱਲ ਕਰੀਏ ਜਾਂ ਕਿਸੇ ਵੀ ਹੋਰ ਖੇਤਰ ਦੀ ਗੱਲ ਕਰੀਏ, ਸਦਾ ਇਨਸਾਨ ਉੱਤੇ ਇੱਕੋ ਜਿਹੇ ਦਿਨ ਨਹੀਂ ਰਹਿੰਦੇ। ਸਿਆਣੇ ਵੀ ਕਹਿੰਦੇ ਨੇ ਕਿ ਜੇਕਰ ਅਸੀਂ ਅਰਸ਼ ਤੋਂ ਫਰਸ਼ ਦਾ ਸਫ਼ਰ ਤੈਅ ਕਰਦੇ ਹਾਂ ਤਾਂ ਹਾਲਾਤ ਜਦੋਂ ਪਲਟੀ ਖਾਂਦੇ ਨੇ ਤਾਂ ਬੰਦਾ ਅਰਸ਼ ਤੋਂ ਫਰਸ਼ ਦੇ ਉੱਤੇ ਵੀ ਆਣ ਪਟਕਦਾ ਏ। ਇਹੋ ਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਸਾਨੂੰ ਬਾਲੀਵੁੱਡ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਇੱਕ ਕਲਾਕਾਰ ਸਨ ਜਿਨ੍ਹਾਂ ਦਾ ਨਾਂ ਸੀ ਰਾਜ ਕਿਰਨ। ਉਹਨਾਂ ਨੇ ਬਾਲੀਵੁੱਡ ਦੀ ਇੱਕ ਬੜੀ ਮਸ਼ਹੂਰ ਫਿਲਮ ਵਿੱਚ ਕੰਮ ਕੀਤਾ ਸੀ ਜਿਹਦਾ ਨਾਂ ਸੀ ਅਰਥ। ਉਹਦੇ ਵਿੱਚ ਰਿਸ਼ੀ ਕਪੂਰ ਨੇ ਵੀ ਕੰਮ ਕੀਤਾ ਸੀ, ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਰਾਜ ਕਿਰਨ ਸਾਹਿਬ ਤਾਂ ਅਮਰੀਕਾ ਦੇ ਸ਼ਹਿਰ ਅਟਲਾਂਟਾ ਦੇ ਇੱਕ ਪਾਗਲਖਾਨੇ ਦੇ ਵਿੱਚ ਭਰਤੀ ਨੇ। ਫਿਰ ਖਬਰ ਉੱਡੀ ਬਾਲੀਵੁੱਡ ਦੇ ਵਿੱਚ ਕਿ ਉਹਨਾਂ ਦੀ ਮੌਤ ਹੋ ਗਈ ਹੈ, ਅਤੇ ਜਦੋਂ ਰਿਸ਼ੀ ਕਪੂਰ ਸਾਹਿਬ ਗਏ ਇੱਕ ਵਾਰ ਅਮਰੀਕਾ ਦੇ ਦੌਰੇ ਦੇ ਉੱਤੇ ਤਾਂ ਉਹਨਾਂ ਨੇ ਵਿੱਚ ਆਪਣੇ ਸੱਜਣ ਸੁਨੇਹੀ ਪਾ ਕੇ ਰਾਜ ਕਿਰਨ ਦੇ ਨਾਲ ਮੁਲਾਕਾਤ ਕੀਤੀ। ਬਾਅਦ ਦੇ ਵਿੱਚ ਕੀ ਵਾਪਰਿਆ ਇਹਦੇ ਬਾਬਤ ਖਬਰ ਨਹੀਂ ਆਈ, ਪਰ ਰਾਜ ਕਿਰਨ ਦੇ ਪਾਗਲਖਾਨੇ ਵਿੱਚ ਭਰਤੀ ਹੋਣ ਦੇ ਮਾਮਲੇ ਨਾਲ ਇਹੋ ਜਿਹਾ ਬਾਲੀਵੁੱਡ ਦਾ ਰੂਪ ਸਾਹਮਣੇ ਆਇਆ ਜਿਹੜਾ ਉਸ ਤੋਂ ਪਹਿਲਾਂ ਘੱਟ ਵਾਰ ਹੀ ਸੁਣਿਆ ਸੀ। ਇਸ ਤੋਂ ਇਲਾਵਾ ਬਾਲੀਵੁੱਡ ਦੀ ਮਸ਼ਹੂਰ ਫਿਲਮ ਅਦਾਕਾਰਾ ਅੰਤਰਾ ਮਾਲੀ ਦੇ ਬਾਪ ਜਗਦੀਸ਼ ਮਾਲੀ ਦੀਆਂ ਖਬਰਾਂ ਇੱਕ ਵਾਰ ਮੀਡੀਏ ਦੇ ਵਿੱਚ ਸੁਰਖੀਆਂ ਬਣ ਗਈਆਂ ਸਨ। ਕਾਰਨ ਇਹ ਸੀ ਕਿ ਜਗਦੀਸ਼ ਮਾਲੀ ਨੂੰ ਬਾਲੀਵੁੱਡ ਦੀ ਇੱਕ ਮਾਡਲ ਮਿੰਕ ਬਰਾੜ ਨੇ ਸੜਕਾਂ ਦੇ ਉੱਤੇ ਭੀਖ ਮੰਗਦੇ ਹੋਏ ਦੇਖਿਆ ਸੀ। ਪਾਟੇ ਪੁਰਾਣੇ ਉਹਨਾਂ ਦੇ ਕੱਪੜੇ ਪਹਿਨੇ ਸਨ ਅਤੇ ਉਹਨਾਂ ਦਾ ਦਿਮਾਗੀ ਤਵਾਜ਼ਨ ਵਿਗੜਿਆ ਹੋਇਆ ਜਾਪਦਾ ਸੀ। ਆਪਣੇ ਵੇਲੇ ਦੇ ਬੜੇ ਮਸ਼ਹੂਰ ਫੋਟੋਗ੍ਰਾਫਰ ਰਹੇ ਸਨ ਜਗਦੀਸ਼ ਮਾਲੀ ਹੋਰੀ। 2013 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ, ਪਰ ਉਹਨਾਂ ਨੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਸੀ ਕਿ ਬਾਲੀਵੁੱਡ ਦੇ ਵਿੱਚ ਚੜ੍ਹਦੇ ਸੂਰਜ ਨੂੰ ਹਮੇਸ਼ਾ ਸਲਾਮ ਹੁੰਦੀ ਹੈ ਅਤੇ ਜਦੋਂ ਦਿਨ ਪਲਟਣ ਲੱਗਦੇ ਨੇ ਤਾਂ ਨਾਲ ਫਿਰ ਕੋਈ ਵੀ ਨਹੀਂ ਖੜ੍ਹਦਾ, ਦਿਮਾਗੀ ਤਵਾਜ਼ਨ ਕਿਵੇਂ ਵਿਗੜ ਜਾਂਦਾ ਹੈ। ਜੇ ਅਸੀਂ ਗੱਲ ਕਰੀਏ ਓ ਪੀ ਨਈਅਰ ਸਾਹਿਬ ਦੀ, ਜਿਨ੍ਹਾਂ ਨੇ ਬਾਲੀਵੁੱਡ ਨੂੰ ਇਹੋ ਜਿਹੀਆਂ ਸੰਗੀਤਕ ਧੁਨਾਂ ਦਿੱਤੀਆਂ ਕਿ ਅੱਜ ਤੱਕ ਸਾਡੇ ਚੇਤੇ ਦੀ ਚੰਗੇਰ ਦੇ ਵਿੱਚ ਉਹਨਾਂ ਦੇ ਸੰਗੀਤਬੱਧ ਕੀਤੇ ਹੋਏ ਗਾਣੇ ਗੂੰਜਦੇ ਨੇ, ਉਹਨਾਂ ਦਾ ਆਖਰੀ ਵੇਲਾ ਵੀ ਸੱਚੀ ਬੜਾ ਦਰਦਨਾਕ ਸੀ। ਓ ਪੀ ਨਈਅਰ ਸਾਹਿਬ ਨੇ ਬੇਸ਼ੱਕ 2007 ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤੀ, ਪਰ ਜਾਣਕਾਰ ਸੂਤਰ ਦੱਸਦੇ ਨੇ ਕਿ ਆਖਰੀ ਵੇਲੇ ਉਹਨਾਂ ਨੂੰ ਸ਼ਰਾਬ ਦੀ ਇਹੋ ਜਿਹੀ ਆਦਤ ਪਈ ਕਿ ਘਰ ਬਾਰ ਵੀ ਛੱਡਣਾ ਪਿਆ ਅਤੇ ਉਹ ਆਪਣੇ ਇੱਕ ਪ੍ਰਸ਼ੰਸਕ ਦੇ ਘਰ ਦੇ ਵਿੱਚ ਵੀ ਲੰਮਾ ਸਮਾਂ ਰਹੇ। ਉਹਨਾਂ ਦੇ ਕੋਲ ਜਦੋਂ ਵੀ ਕੋਈ ਮੁਲਾਕਾਤ ਕਰਨ ਦੇ ਲਈ ਜਾਂਦਾ ਸੀ ਤਾਂ ਉਹ ਪੈਸਿਆਂ ਜਾਂ ਸ਼ਰਾਬ ਦੀ ਮੰਗ ਕਰਨ ਲੱਗਦੇ ਸਨ। ਇਸੇ ਤਰ੍ਹਾਂ ਇੱਕ ਕਲਾਕਾਰ ਹੋਏ ਨੇ ਭਾਰਤ ਭੂਸ਼ਣ, ਜਿਨ੍ਹਾਂ ਦੀਆਂ ਧਾਰਮਿਕ ਫਿਲਮਾਂ ਇਸ ਗੱਲ ਲਈ ਮਸ਼ਹੂਰ ਸਨ ਕਿ ਉਹ ਗੋਲਡਨ ਜੁਬਲੀ ਦੇ ਵਿੱਚ ਪ੍ਰਵੇਸ਼ ਕਰ ਜਾਂਦੀਆਂ ਨੇ, ਪਰ ਅੰਤਲਾ ਵੇਲਾ ਉਹਨਾਂ ਦਾ ਵੀ ਬੜਾ ਦਰਦਨਾਕ ਰਿਹਾ। ਭਾਰਤ ਭੂਸ਼ਣ ਹੋਰਾਂ ਦੇ ਉੱਤੇ ਜਦੋਂ ਵਕਤ ਬਦਲਿਆ ਤਾਂ ਉਹਨਾਂ ਨੂੰ ਇੱਕ ਸਟੂਡੀਓ ਦੇ ਵਿੱਚ ਵਾਚਮੈਨ ਦੀ ਨੌਕਰੀ ਵੀ ਕਰਨੀ ਪਈ, ਜਦਕਿ ਇੱਕ ਵਕਤ ਇਹੋ ਜਿਹਾ ਸੀ ਜਦੋਂ ਉਹਨਾਂ ਦੇ ਕੋਲ ਕੋਈ ਡੇਟ ਨਹੀਂ ਸੀ ਹੁੰਦੀ ਵਿਹਲੀ ਤਾਂ ਫਿਲਮ ਦੀ ਸ਼ੂਟਿੰਗ ਅੱਗੇ ਪਾ ਦਿੱਤੀ ਜਾਂਦੀ ਸੀ, ਕਿਉਂਕਿ ਨਿਰਮਾਤਾ ਅਤੇ ਨਿਰਦੇਸ਼ਕ ਦੀ ਪਹਿਲੀ ਪਸੰਦ ਉਹੀ ਹੁੰਦੇ ਸਨ ਧਾਰਮਿਕ ਫਿਲਮਾਂ ਦੇ ਵਿੱਚ ਕੰਮ ਕਰਨ ਦੇ ਲਈ। ਇਸੇ ਤਰੀਕੇ ਦੇ ਨਾਲ ਏਕੇ ਹੰਗਲ ਸਾਹਿਬ, ਜਿਨ੍ਹਾਂ ਨੇ ਬਹੁਤ ਵਧੀਆ ਫਿਲਮਾਂ ਦੇ ਵਿੱਚ ਕੰਮ ਕੀਤਾ, ਅਤੇ ਪ੍ਰਵੀਨ ਬੌਬੀ ਦਾ ਅੰਤ ਵੀ ਬੜਾ ਦਰਦਨਾਕ ਹੋਣ ਦੀਆਂ ਖਬਰਾਂ ਸਮੇਂ ਸਮੇਂ ਦੇ ਉੱਤੇ ਆਈਆਂ, ਅਤੇ ਅੱਜ ਦੀ ਤਰੀਕ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਪੋਲੀਵੁੱਡ ਦੇ ਅਮਿਤਾਭ ਬੱਚਨ ਕਹਿੰਦੇ ਰਹੇ ਹਾਂ, ਕਿਸੇ ਸਮੇਂ ਦੇ ਵਿੱਚ ਸਤੀਸ਼ ਕੌਲ ਸਾਹਿਬ, ਉਹਨਾਂ ਦੀ ਗੁੰਮਨਾਮੀ ਭਰੀ ਜ਼ਿੰਦਗੀ ਦੀਆਂ ਖਬਰਾਂ ਵੀ ਬੜੀਆਂ ਆ ਰਹੀਆਂ ਨੇ। ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ, ਸਮੇਂ ਸਮੇਂ ਦੇ ਉੱਤੇ ਸੂਚਨਾ ਮਿਲਦੀ ਰਹੀ ਹੈ ਕਿ ਉਹਨਾਂ ਦਾ ਹਾਲ ਚਾਲ ਪੁੱਛਣ ਦੇ ਲਈ ਹਸਪਤਾਲ ਦੇ ਵਿੱਚ ਵੀ ਕੋਈ ਨਹੀਂ ਬੌੜ ਰਿਹਾ। ਉਹਨਾਂ ਨੇ ਦਰਜਨਾਂ ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਵਿੱਚ ਕੰਮ ਕੀਤਾ ਏ। ਇਸ ਤੋਂ ਇਲਾਵਾ ਹੋਰ ਵੀ ਬੜੇ ਸ਼ਖਸ ਨੇ ਇਸ ਸੂਚੀ ਦੇ ਵਿੱਚ ਸ਼ਾਮਲ, ਜਿਨ੍ਹਾਂ ਦਾ ਅੰਤਲਾ ਵੇਲਾ ਗੁੰਮਨਾਮੀ ਦੇ ਵਿੱਚ ਰਿਹਾ ਜਾਂ ਜਿਹੜੇ ਅੱਜ ਵੀ ਗੁੰਮਨਾਮੀ ਦਾ ਵੇਲਾ ਹੰਡਾ ਰਹੇ ਨੇ। ਇਹਦੇ ਪਿੱਛੇ ਕਾਰਨ ਬਹੁਤ ਸਾਰੇ ਹੋ ਸਕਦੇ ਨੇ, ਜਿਹਦੇ ਵਿੱਚ ਇੱਕ ਮੈਨੇਜਮੈਂਟ ਦੀ ਘਾਟ ਵੀ ਹੋ ਸਕਦੀ ਹੈ, ਮਾੜੀਆਂ ਆਦਤਾਂ ਦੇ ਨਾਲ ਜੁੜਨਾ ਵੀ ਇੱਕ ਕਾਰਨ ਹੋ ਸਕਦਾ ਹੈ, ਜਾਂ ਕੋਈ ਹੋਰ ਨਿੱਜੀ ਪਰਿਵਾਰਕ ਕਾਰਨ ਵੀ ਹੋ ਸਕਦੇ ਨੇ। ਪਰ ਇਹ ਗੱਲ ਸੱਚੀ ਹੈ ਕਿ ਹਰ ਖੇਤਰ ਦੇ ਵਿੱਚ ਹਮੇਸ਼ਾ ਚੜ੍ਹਦੇ ਸੂਰਜ ਨੂੰ ਸਲਾਮ ਹੁੰਦੀ ਹੈ ਅਤੇ ਡੁੱਬਦੇ ਸੂਰਜ ਦੇ ਵੱਲ ਕੋਈ ਵੀ ਨਹੀਂ ਤੱਕਦਾ। ਜਦੋਂ ਅਸੀਂ ਗੱਲ ਅਕਸ਼ੇ ਕੁਮਾਰ ਦੀ ਕਰਦੇ ਹਾਂ ਤਾਂ ਸਾਡੇ ਜ਼ਿਹਨ ਦੇ ਵਿੱਚ ਬੜਾ ਕੁਝ ਚੱਲਣ ਲੱਗ ਜਾਂਦਾ ਹੈ। ਬੈਂਕਾਕ ਦੇ ਇੱਕ ਹੋਟਲ ਦੇ ਵਿੱਚ ਉਹ ਬਤੌਰ ਵੇਟਰ ਕੰਮ ਕਰਦੇ ਰਹੇ ਨੇ। ਇਸ ਤੋਂ ਇਲਾਵਾ ਜਦੋਂ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਪੈਰ ਧਰਾਵਾ ਕੀਤਾ ਤਾਂ ਬੜਾ ਨਾਮਣਾ ਖੱਟਿਆ। ਉਹਨਾਂ ਦੇ ਨਾਲ ਇਹ ਵੀ ਗੱਲ ਜੁੜੀ ਹੋਈ ਆ ਕਿ ਉਹ ਐਕਸ਼ਨ ਕਰਨ ਦੇ ਵਿੱਚ ਬੜੇ ਮਾਹਿਰ ਨੇ ਅਤੇ ਵੰਨ ਸੁਵੰਨੀਆਂ ਭੂਮਿਕਾਵਾਂ ਨਿਭਾ ਕੇ ਪਿਛਲੇ ਲੰਮੇ ਸਮੇਂ ਤੋਂ ਅਕਸ਼ੇ ਕੁਮਾਰ ਹਰ ਵਰਗ ਦੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ। ਉਹਨਾਂ ਨੇ ਇੱਕੜ ਦੁੱਕੜ ਪੰਜਾਬੀ ਫਿਲਮਾਂ ਦੇ ਵਿੱਚ ਵੀ ਛੋਟੇ ਮੋਟੇ ਰੋਲ ਕੀਤੇ ਨੇ। ਹੁਣ ਇੱਕ ਨਵੀਂ ਫਿਲਮ ਰਿਲੀਜ਼ ਹੋਣੀ ਆ ਅਕਸ਼ੇ ਕੁਮਾਰ ਦੀ, ਸਿੰਘ ਇਜ਼ ਬਲਿੰਗ। ਉਹ ਦਸਤਾਰ ਪੈਣੀ ਨਜ਼ਰ ਆਉਣਗੇ,
ਪਰ ਦਸਤਾਰਧਾਰੀ ਨੌਜਵਾਨ ਦੇ ਰੂਪ ਦੇ ਵਿੱਚ ਅਕਸ਼ੇ ਕੁਮਾਰ ਪਹਿਲੀ ਵਾਰ ਸਾਹਮਣੇ ਨਹੀਂ ਆਉਣਗੇ, ਸਗੋਂ ਇਸ ਤੋਂ ਪਹਿਲਾਂ ਉਹਨਾਂ ਨੇ ਸਿੰਘ ਇਜ਼ ਕਿੰਗ ਅਤੇ ਹੋਰ ਕਈ ਫਿਲਮਾਂ ਦੇ ਵਿੱਚ ਵੀ ਇਹੋ ਜਿਹਾ ਰੂਪ ਅਪਣਾਇਆ ਹੈ। ਜਾਣਕਾਰੀ ਇਹ ਮਿਲੀ ਹੈ ਕਿ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ਸਿੰਘ ਇਜ਼ ਬਲਿੰਗ ਦੇ ਵਿੱਚ ਹਲਕੀ ਫੁਲਕੀ ਕਾਮੇਡੀ ਵੀ ਹੋਏਗੀ, ਉਹ ਇਸ ਫਿਲਮ ਦੇ ਵਿੱਚ ਰੋਮਾਂਸ ਕਰਦੇ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਇਸ ਫਿਲਮ ਦੇ ਵਿੱਚ ਰਫਤਾਰ ਸਿੰਘ ਨਾਂ ਦੇ ਇਹੋ ਜਿਹੇ ਨੌਜਵਾਨ ਦਾ ਕਿਰਦਾਰ ਨਿਭਾ ਰਹੇ ਨੇ ਜਿਹੜਾ ਬਹੁਤ ਵਿਹਲੜਾ ਹੈ, ਜਿਹੜਾ ਬਹੁਤ ਗੈਰ ਜ਼ਿੰਮੇਵਾਰ ਹੈ, ਜਿਹਦਾ ਬਾਪ ਹੈ ਫਿਲਮ ਦੇ ਵਿੱਚ ਯੋਗਰਾਜ ਸਿੰਘ, ਜਿਹੜਾ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਕਰਦਾ, ਯਾਨੀ ਕਿ ਆਪਣੇ ਪੁੱਤ ਰਫਤਾਰ ਸਿੰਘ ਨੂੰ। ਪਰ ਰਫਤਾਰ ਆਪਣੀ ਮਾਂ ਦੀਆਂ ਅੱਖਾਂ ਦਾ ਤਾਰਾ ਏ ਅਤੇ ਪਿੰਡ ਵਾਸੀਆਂ ਦੀ ਨਜ਼ਰ ਦੇ ਵਿੱਚ ਰਫਤਾਰ ਬੜਾ ਬਹਾਦਰ ਨੌਜਵਾਨ ਹੈ। ਜਦੋਂ ਬਾਪ ਨੂੰ ਇਦਾਂ ਜਾਪਦਾ ਏ ਕਿ ਇਹ ਕਿਸੇ ਵੀ ਪਾਸੇ ਕਾਮਯਾਬ ਨਹੀਂ ਹੋ ਸਕਦਾ, ਤਾਂ ਫਿਰ ਯੋਗਰਾਜ ਸਿੰਘ ਆਪਣੇ ਦੋਸਤ ਦੇ ਕੋਲ ਗੋਆ ਦੇ ਵਿੱਚ ਭੇਜਦੇ ਨੇ ਅਕਸ਼ੇ ਕੁਮਾਰ ਨੂੰ, ਜਿੱਥੇ ਉਹਨੂੰ ਇੱਕ ਜੌਬ ਮਿਲਦੀ ਹੈ, ਨੌਕਰੀ ਮਿਲਦੀ ਹੈ। ਇਸ ਫਿਲਮ ਦੇ ਵਿੱਚ ਅਕਸ਼ੇ ਕੁਮਾਰ ਐਮੀ ਜੈਕਸਨ ਦੇ ਨਾਲ ਮੁਹੱਬਤ ਕਰਦੇ ਵੀ ਨਜ਼ਰ ਆਉਣਗੇ। ਲਾਰਾ ਦੱਤਾ ਵੀ ਇਸ ਫਿਲਮ ਦੇ ਵਿੱਚ ਮੌਜੂਦ ਹੈ। ਇਹ ਫਿਲਮ ਕਿਹੋ ਜਿਹਾ ਕਾਰੋਬਾਰ ਕਰੇਗੀ, ਇਸ ਫਿਲਮ ਦਾ ਪ੍ਰਚਾਰ ਕਿੰਨਾ ਕੁ ਸਿਖਰ ਦੇ ਉੱਤੇ ਅਪੜੇਗਾ, ਇਹ ਤਾਂ ਗੱਲ ਭਵਿੱਖ ਦੀ ਕੁੱਖ ਦੇ ਵਿੱਚ ਲੁਕੀ ਹੋਈ ਹੈ। ਪਰ ਦਸਤਾਰਧਾਰੀ ਨੌਜਵਾਨ ਦੇ ਰੂਪ ਦੇ ਵਿੱਚ ਅਕਸ਼ੇ ਕੁਮਾਰ ਇੱਕ ਵਾਰ ਫਿਰ ਨਜ਼ਰ ਆਉਣਗੇ। ਬਚਪਨ ਤੋਂ ਲੈ ਕੇ ਅੱਜ ਤੱਕ ਅਸੀਂ ਇਹ ਗੱਲ ਸੁਣਦੇ ਆਏ ਹਾਂ, ਸਿਆਣਿਆਂ ਦੀ ਕਹੀ ਹੋਈ ਇਹ ਗੱਲ ਹੈ, ਜ਼ਿੰਦਗੀ ਦੇ ਤਜਰਬੇ ਦੇ ਉੱਤੇ ਆਧਾਰਿਤ ਹੈ ਕਿ ਜਿਸ ਕਾ ਕਾਮ ਉਸੀ ਕੋ ਸਾਜੇ ਔਰ ਕਰੇ ਤੋ ਠੀਕਾ ਬਾਜੇ। ਜਦੋਂ ਵੀ ਅਸੀਂ ਕਿਸੇ ਕ੍ਰਿਕਟਰ ਨੂੰ ਫਿਲਮਾਂ ਦੇ ਵਿੱਚ ਆਉਂਦੇ ਦੇਖਦੇ ਹਾਂ, ਜਦੋਂ ਅਸੀਂ ਕਿਸੇ ਗਵਈਏ ਨੂੰ ਹਿੰਦੀ ਫਿਲਮਾਂ ਜਾਂ ਪੰਜਾਬੀ ਫਿਲਮਾਂ ਦੇ ਵਿੱਚ ਅਦਾਕਾਰੀ ਕਰਦੇ ਦੇਖਦੇ ਹਾਂ, ਜਾਂ ਆਪਣਾ ਖੇਤਰ ਛੱਡ ਕੇ ਦੂਜੇ ਖੇਤਰ ਦੇ ਵਿੱਚ ਪੈਰ ਧਰਾਵਾ ਕਰਦੇ ਦੇਖਦੇ ਹਾਂ, ਤਾਂ ਔਰ ਕਰੇ ਤੋ ਠੀਕਾ ਬਾਜੇ ਵਾਲੀ ਗੱਲ ਜ਼ਿਹਨ ਦੇ ਵਿੱਚ ਆਉਣ ਲੱਗ ਜਾਂਦੀ ਹੈ, ਕਿਉਂਕਿ ਬਹੁਤੀ ਵਾਰ ਸਫਲਤਾ ਨਹੀਂ ਮਿਲਦੀ। ਇਹੋ ਜਿਹੀ ਗੱਲ ਵਾਪਰੀ ਹੈ ਹਿਮੇਸ਼ ਰੇਸ਼ਮੀਆਂ ਹੋਰਾਂ ਦੇ ਨਾਲ। ਹਿਮੇਸ਼ ਰੇਸ਼ਮੀਆਂ ਨੇ ਬਾਲੀਵੁੱਡ ਦੇ ਵਿੱਚ ਚੰਗਾ ਨਾਮਣਾ ਖੱਟਿਆ ਆਪਣੀ ਗਾਇਕੀ ਦਾ ਸਦਕਾ। ਹਾਲਾਂਕਿ ਸ਼ੁਰੂ ਦੇ ਵਿੱਚ ਹਿਮੇਸ਼ ਰੇਸ਼ਮੀਆਂ ਦੇ ਉੱਤੇ ਇਹ ਗੱਲਾਂ ਵੀ ਉੱਠਦੀਆਂ ਰਹੀਆਂ ਕਿ ਇਹ ਨਾਸਕੀ ਧੁਨੀ ਵਾਲਾ ਗਾਇਕ ਹੈ ਜਿਹੜਾ ਕਿ ਨੱਕ ਦੇ ਵਿੱਚ ਗਾਉਂਦਾ ਏ, ਪਰ ਹੌਲੀ ਹੌਲੀ ਸਰੋਤਿਆਂ ਨੇ, ਦਰਸ਼ਕਾਂ ਨੇ ਉਹਨੂੰ ਪ੍ਰਵਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਅੱਜ ਕੱਲ੍ਹ ਤਾਂ ਹਿਮੇਸ਼ ਗਾਇਕੀ ਦੇ ਟੇਲੈਂਟ ਮੁਕਾਬਲਿਆਂ ਦੇ ਜੱਜ ਦੇ ਰੂਪ ਦੇ ਵਿੱਚ ਵੀ ਨਜ਼ਰ ਆਉਂਦੇ ਨੇ। ਹੁਣ ਹਿਮੇਸ਼ ਰੇਸ਼ਮੀਆਂ ਨੇ ਇੱਕ ਨਵੀਂ ਗੱਲ ਕਬੂਲ ਕੀਤੀ ਹੈ। ਉਹਨਾਂ ਦੇ ਕਹਿਣ ਮੁਤਾਬਕ, ਮੈਂ ਕਈ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ, ਪਰ ਮੈਂ ਮਹਿਸੂਸ ਕਰਦਾ ਕਿ ਮੈਂ ਫਿਲਮਾਂ ਦੇ ਲਈ ਉਨਾ ਪ੍ਰਪੇਅਰ ਨਹੀਂ ਸੀ, ਦਿਮਾਗੀ ਤੌਰ ਦੇ ਉੱਤੇ ਮੈਂ ਉਨਾ ਸਮਰਪਣ ਨਹੀਂ ਸੀ ਰੱਖ ਰਿਹਾ ਹਿੰਦੀ ਫਿਲਮਾਂ ਦੇ ਵਿੱਚ ਕੰਮ ਕਰਨ ਦੇ ਲਈ, ਜਿੰਨਾ ਕਿ ਇਹਦੇ ਮੁਕਾਬਲਤਨ ਗਾਇਕੀ ਦੇ ਨਾਲ ਮੈਂ ਦਿਲੋਂ ਜੁੜਿਆ ਹੋਇਆ। ਉਹਨਾਂ ਨੇ ਕਿਹਾ ਹੈ ਕਿ ਮੇਰੀ ਇੱਕ ਬਹੁਤ ਜਲਦੀ ਫਿਲਮ ਆਏਗੀ ਹਿੰਦੀ ਦੀ, ਉਹਦੇ ਵਿੱਚ ਮੈਂ ਸਮਰਪਣ ਭਾਵਨਾ ਦੇ ਨਾਲ ਕੰਮ ਕੀਤਾ ਹੈ, ਉਹਦੇ ਵਿੱਚ ਮੈਂ ਆਪਣੀ ਡੈਡੀਕੇਸ਼ਨ ਦਿਖਾਈ ਹੈ ਅਤੇ ਇਹ ਫਿਲਮ ਕਾਮਯਾਬ ਜ਼ਰੂਰ ਹੋਏਗੀ। ਵਕਤ ਦੱਸੇਗਾ ਕਾਮਯਾਬ ਕਿੰਨੀ ਕੁ ਹੋਏਗੀ। ਪਰ ਹਿਮੇਸ਼ ਨੇ ਜਿਹੜੀ ਗੱਲ ਕਬੂਲੀ ਹੈ ਕਿ ਮੇਰੀ ਨਾਕਾਮਯਾਬੀ ਦਾ ਹੁਣ ਤੱਕ ਕੀ ਕਾਰਨ ਰਿਹਾ ਹਿੰਦੀ ਫਿਲਮਾਂ ਦੇ ਵਿੱਚ, ਮੇਰੇ ਖਿਆਲ ਦੇ ਮੁਤਾਬਕ ਇਹ ਵੀ ਇੱਕ ਵੱਡੀ ਗੱਲ ਹੈ, ਆਪਣੀ ਕਿਸੇ ਗਲਤੀ ਨੂੰ, ਆਪਣੇ ਘੱਟ ਸਮਰਪਣ ਨੂੰ ਇਸ ਤਰੀਕੇ ਨਾਲ ਕਬੂਲ ਕਰਨਾ। ਥੋੜ੍ਹੇ ਕੁ ਦਿਨਾਂ ਤੱਕ ਦੋਸਤੋ ਕਲਰਜ਼ ਟੀ ਵੀ ਚੈਨਲ ਦੇ ਉੱਤੇ ਦੁਬਾਰਾ ਫਿਰ ਬਿੱਗ ਬੌਸ ਸ਼ੋਅ ਸ਼ੁਰੂ ਹੋਣ ਜਾ ਰਿਹਾ ਏ। ਇਹ ਸੀਜ਼ਨ 9 ਸ਼ੋਅ ਹੋਏਗਾ, ਜਿਹਨੂੰ ਹੋਸਟ ਕਰਨਗੇ ਸਲਮਾਨ ਖਾਨ। ਅਤੇ ਪਿਛਲੇ 5 ਵਰ੍ਹਿਆਂ ਤੋਂ ਸਲਮਾਨ ਖਾਨ ਹੀ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਹੇ ਨੇ, ਇਸ ਪ੍ਰੋਗਰਾਮ ਦੀ ਪੇਸ਼ਕਾਰੀ ਕਰ ਰਹੇ ਨੇ, ਪਰ ਇਸ ਵਾਰ ਇਸ ਕਰਕੇ ਇਸ ਪ੍ਰੋਗਰਾਮ ਦੇ ਉੱਤੇ ਕਮੈਂਟ ਕਰਨ ਨੂੰ ਮਨ ਕਰ ਰਿਹਾ, ਕਿਉਂਕਿ ਪਿਛਲੇ ਕੁਝ ਕੁ ਸਾਲਾਂ ਤੋਂ ਇਸ ਪ੍ਰੋਗਰਾਮ ਦੇ ਵਿੱਚ ਬਿੱਗ ਬੌਸ ਦੇ ਘਰ ਦੇ ਵਿੱਚ ਜਿਹੜੇ ਮਹਿਮਾਨ ਆਉਂਦੇ ਨੇ, ਉਹਨਾਂ ਦੇ ਵਿੱਚੋਂ ਬਹੁਤਿਆਂ ਦਾ ਕਿਰਦਾਰ ਅਟਪਟੀ ਸ਼ਖਸੀਅਤ ਦੇ ਰੂਪ ਦੇ ਵਿੱਚ ਹੁੰਦਾ ਹੈ। ਕਦੇ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਡਾਕੂ ਨੂੰ ਸੱਦਿਆ ਜਾਂਦਾ ਹੈ, ਕਦੇ ਕਿਸੇ ਅਧਿਆਤਮਵਾਦ ਦੇ ਨਾਲ ਜੁੜੇ ਹੋਏ ਇਨਸਾਨ ਨੂੰ, ਕਦੇ ਕਿਸੇ ਨੀਲੀਆਂ ਫਿਲਮਾਂ ਵਾਲੀ ਹੀਰੋਇਨ ਨੂੰ, ਕਦੇ ਕਿਸੇ ਬਲਾਤਕਾਰੀ ਨੂੰ ਅਤੇ ਕਦੇ ਕੋਈ ਹੋਰ ਊਟ ਪਟਾਂਗ ਕੰਮ ਕਰਨ ਵਾਲੇ ਨੂੰ। ਕਦੇ ਕਦੇ ਤਾਂ ਇੱਦਾਂ ਜਾਪਣ ਲੱਗਦਾ ਏ ਕਿ ਬਿੱਗ ਬੌਸ ਦੇ ਘਰ ਦੇ ਵਿੱਚ ਉਹ ਹਰ ਬੰਦਾ ਆਸਾਨੀ ਦੇ ਨਾਲ ਪ੍ਰਵੇਸ਼ ਕਰ ਸਕਦਾ ਏ ਜਿਹਨੇ ਰਾਸ਼ਟਰੀ ਪੱਧਰ ਦੇ ਉੱਤੇ ਖਬਰਾਂ ਦੀਆਂ ਸੁਰਖੀਆਂ ਬਣਾਈਆਂ ਹੋਣ ਅਤੇ ਕੰਮ ਜਿੰਨਾ ਮਰਜ਼ੀ ਉਹਨੇ ਮਾੜਾ ਕੀਤਾ ਹੋਵੇ। ਇਸ ਵਾਰ ਜਿਹੜਾ ਸੀਜ਼ਨ 9 ਸ਼ੁਰੂ ਹੋਣਾ, ਇਹਦੇ ਵਿੱਚ ਇੱਕ ਨੀਲੀਆਂ ਫਿਲਮਾਂ ਦੀ ਹੀਰੋਇਨ ਨੂੰ ਵੀ ਬੁਲਾਇਆ ਗਿਆ ਹੈ। ਹੁਣ ਅਸੀਂ ਆਪਣੇ ਆਪ ਅੰਦਾਜ਼ਾ ਲਾ ਸਕਦੇ ਹਾਂ ਕਿ ਦਰਸ਼ਕਾਂ ਦੇ ਮਨਾਂ ਦੇ ਉੱਤੇ ਕੀ ਪ੍ਰਭਾਵ ਪਏਗਾ, ਦਰਸ਼ਕਾਂ ਨੂੰ ਕਿਹੋ ਜਿਹਾ ਸੁਨੇਹਾ ਜਾਏਗਾ ਕਿ ਜੇਕਰ ਨੀਲੀਆਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੋਵੇ, ਜੇਕਰ ਮਾੜੇ ਕੰਮ ਵੀ ਕੀਤੇ ਹੋਣ, ਤਾਂ ਫਿਰ ਵੀ ਬਿੱਗ ਬੌਸ ਦੇ ਘਰ ਦੇ ਵਿੱਚ ਪੈਰ ਧਰਾਵਾ ਹੋ ਸਕਦਾ ਹੈ। ਇਸ ਤੋਂ ਇਲਾਵਾ ਇੱਕ ਬਲਾਤਕਾਰ ਦੇ ਨਾਲ ਜੁੜੇ ਹੋਏ ਇਨਸਾਨ ਨੂੰ ਵੀ ਇਸ ਸ਼ੋਅ ਦੇ ਵਿੱਚ ਬੁਲਾਇਆ ਗਿਆ। ਮਨੋਰੰਜਨ ਇਨਸਾਨ ਦੇ ਲਈ ਬਹੁਤ ਜ਼ਰੂਰੀ ਹੈ, ਪਰ ਜੇਕਰ ਮਨੋਰੰਜਨ ਦੇ ਨਾਂ ਦੇ ਉੱਤੇ ਸਿਰਫ ਅਤੇ ਸਿਰਫ TRP ਦਾ ਖਿਆਲ ਰੱਖਿਆ ਜਾਵੇ ਅਤੇ ਸੇਧ ਕੋਈ ਵੀ ਨਾ ਮਿਲੇ, ਇਹ ਵੀ ਗੱਲ ਆਪਣੇ ਆਪ ਦੇ ਵਿੱਚ ਸਵਾਲਾਂ ਦੇ ਘੇਰੇ ਵਿੱਚ ਆ ਜਾਂਦੀ ਹੈ। ਬਾਲੀਵੁੱਡ ਦੇ ਮੰਝੇ ਹੋਏ ਅਦਾਕਾਰ ਆਮਿਰ ਖਾਨ ਦੀ ਅਦਾਕਾਰੀ ਬਾਰੇ, ਉਹਨਾਂ ਦੀ ਸੋਚ ਦੇ ਬਾਬਤ, ਉਹਨਾਂ ਦੀ ਪਹੁੰਚ ਦੇ ਬਾਬਤ ਆਪਾਂ ਸਾਰੇ ਚੰਗੀ ਤਰ੍ਹਾਂ ਵਾਕਫੀ ਹਾਂ।
ਆਮਿਰ ਖਾਨ ਹੋਰੀ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੀ ਇੱਕ ਹੋਟਲ ਦੇ ਵਿੱਚ ਰੁਕੇ ਹੋਏ ਨੇ। ਪਿਛਲੇ ਦਿਨੀ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਅਤੇ ਉਹਨਾਂ ਨੇ ਜਾਣਕਾਰੀ ਇਹ ਦਿੱਤੀ ਹੈ ਕਿ ਹਰਿਆਣੇ ਦੇ ਇੱਕ ਪਹਿਲਵਾਨ ਦੀ ਜ਼ਿੰਦਗੀ ਦੇ ਉੱਤੇ ਆਧਾਰਿਤ ਜਿਹੜੀ ਫਿਲਮ ਦੰਗਲ ਬਣਨੀ ਹੈ ਉਹਦੀ ਸ਼ੂਟਿੰਗ ਦੇ ਲਈ ਉਹ ਲੁਧਿਆਣੇ ਵਿੱਚ ਲਗਭਗ 3 ਮਹੀਨੇ ਰਹਿਣਗੇ। ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਸ਼ੂਟਿੰਗ ਸ਼ੁਰੂ ਕਰਨਗੇ। 22 ਸਤੰਬਰ ਤੋਂ ਇਸ ਫਿਲਮ ਦੀ ਸ਼ੂਟਿੰਗ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਅਤੇ ਧਰਮਿੰਦਰ ਦੇ ਜੱਦੀ ਪਿੰਡ ਡਾਂਗੋ ਦੇ ਵਿੱਚ ਅਖਾੜਾ ਬਣਾਇਆ ਗਿਆ ਏ ਜਿਹਦੇ ਵਿੱਚ ਆਮਿਰ ਖਾਨ ਕੁਸ਼ਤੀ ਕਰਨਗੇ। ਸੋ ਕਹਿਣ ਦਾ ਭਾਵ ਇਹ ਹੈ ਕਿ ਆਮਿਰ ਖਾਨ ਆਪਣੀ ਅਗਲੀ ਫਿਲਮ ਦੰਗਲ ਲੈ ਕੇ ਆਉਣਗੇ। ਇਸ ਫਿਲਮ ਦੀ ਪੂਰੀ ਸ਼ੂਟਿੰਗ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਪਿੰਡਾਂ ਦੇ ਵਿੱਚ ਕੀਤੀ ਜਾਏਗੀ ਅਤੇ ਆਮਿਰ ਖਾਨ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਕੀ ਤੁਸੀਂ ਕੋਈ ਪੰਜਾਬੀ ਫਿਲਮ ਵੀ ਕਰਨੀ ਚਾਹੋਗੇ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਮੈਨੂੰ ਜ਼ਿੰਦਗੀ ਦੇ ਵਿੱਚ ਚੰਗੀ ਕਹਾਣੀ ਮਿਲੀ ਜਿਹੜੀ ਕਿ ਮੇਰੇ ਮਨ ਨੂੰ ਟੁੰਬੀ, ਮੈਨੂੰ ਇਦਾਂ ਜਾਪਿਆ ਕਿ ਇਹ ਫਿਲਮ ਕਾਮਯਾਬੀ ਦੀ ਸੜਕ ਦੇ ਉੱਤੇ ਦੌੜ ਸਕਦੀ ਹੈ ਤਾਂ ਮੈਂ ਪੰਜਾਬੀ ਫਿਲਮ ਦੇ ਵਿੱਚ ਵੀ ਜ਼ਰੂਰ ਕੰਮ ਕਰਾਂਗਾ। ਪਰ ਉਹਨਾਂ ਨੇ ਇੱਕ ਹੋਰ ਵੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਬਾਲੀਵੁੱਡ ਦੇ ਵਿੱਚ ਇਹ ਖਬਰਾਂ ਸੁਣਦੇ ਹਾਂ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਵਿੱਚ ਗਲਤਾਨ ਹੋ ਚੁੱਕੀ ਹੈ ਤਾਂ ਸੱਚੀ ਮੁੱਚੀ ਬੜਾ ਹੀ ਦੁੱਖ ਹੁੰਦਾ ਹੈ। ਹੁਣ ਗੱਲ ਕਰਦੇ ਹਾਂ ਦੋਸਤੋ ਬੋਲੀਵੁੱਡ ਦੀ। ਪੰਜਾਬੀ ਫਿਲਮਾਂ ਲਗਾਤਾਰ ਆ ਰਹੀਆਂ ਨੇ, ਬੜੀ ਚੰਗੀ ਗੱਲ ਹੈ। 22 ਅਕਤੂਬਰ ਨੂੰ ਇੱਕ ਪੰਜਾਬੀ ਫਿਲਮ ਰਿਲੀਜ਼ ਹੋਏਗੀ ਜਿਹਦਾ ਨਾਂ ਹੈ ਸ਼ਰੀਕ। ਇਸ ਫਿਲਮ ਦੇ ਡਾਇਰੈਕਟਰ ਨੇ ਨਵਨੀਤ ਸਿੰਘ ਅਤੇ ਇਸ ਫਿਲਮ ਦੇ ਪ੍ਰੋਡਿਊਸਰ ਸਾਹਿਬਾਨ ਨੇ ਜੀ ਐੱਸ ਗਿੱਲ ਅਤੇ ਵਿਵੇਕ ਓਰੀਹੋਰੀ। ਵਿਵੇਕ ਓਰੀਹੋਰਾ ਨੇ ਹੁਣ ਤੱਕ ਕਈ ਫਿਲਮਾਂ ਨੂੰ ਬਤੌਰ ਨਿਰਮਾਤਾ ਅੱਗੇ ਲੈ ਕੇ ਆਉਂਦਾ ਅਤੇ ਜੀ ਐੱਸ ਗਿੱਲ ਹੋਰਾਂ ਦੇ ਪੈਸਾ ਨਿਵੇਸ਼ ਵਾਲੀ ਇਹ ਪਹਿਲੀ ਫਿਲਮ ਹੈ। ਇਸ ਫਿਲਮ ਦੇ ਵਿੱਚ ਜਿੰਮੀ ਸ਼ੇਰਗਿੱਲ, ਮਾਹੀ ਗਿੱਲ, ਗੁੱਗੂ ਗਿੱਲ, ਮੁਕਲ ਦੇਵ ਅਤੇ ਸਿਮਰ ਗਿੱਲ ਤੋਂ ਇਲਾਵਾ ਕਈ ਹੋਰ ਚੰਗੇ ਕਲਾਕਾਰਾਂ ਨੇ ਕੰਮ ਕੀਤਾ ਏ। ਜ਼ਮੀਨ ਦੇ ਮਸਲਿਆਂ ਦੇ ਉੱਤੇ ਆਧਾਰਿਤ ਇਹ ਫਿਲਮ ਹੈ, ਪਰ ਇਹ ਫਿਲਮ ਪੇਂਡੂ ਦਰਸ਼ਕਾਂ ਦੇ ਨਾਲ ਨਾਲ ਸ਼ਹਿਰੀ ਦਰਸ਼ਕਾਂ ਦੀ ਪਸੰਦ ਬਣਾਉਣ ਦੇ ਲਈ ਵੀ ਪੂਰੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ਦਾ ਪ੍ਰਚਾਰ ਜ਼ੋਰਾਂ ਸ਼ੋਰਾਂ ਦੇ ਨਾਲ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਫਿਲਮ ਦੇ ਸੰਬੰਧ ਦੇ ਵਿੱਚ ਨਿਰਮਾਤਾ ਜੀ ਐੱਸ ਗਿੱਲ ਹੋਰਾਂ ਦਾ ਕਹਿਣਾ ਏ ਕਿ ਅਸੀਂ ਬੜੀ ਦੇਰ ਸੋਚ ਵਿਚਾਰ ਕਰਕੇ ਇਸ ਫਿਲਮ ਦੇ ਉੱਤੇ ਪੈਸਾ ਨਿਵੇਸ਼ ਕੀਤਾ ਏ। ਉਹਨਾਂ ਨੇ ਕਿਹਾ ਕਿ ਇਸ ਫਿਲਮ ਨੂੰ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਵੀ ਪ੍ਰਦਰਸ਼ਿਤ ਕੀਤਾ ਜਾਏਗਾ। ਉਮੀਦ ਉਹਨਾਂ ਨੂੰ ਇਸ ਫਿਲਮ ਦੀ ਕਾਮਯਾਬੀ ਦੀ ਪੂਰੀ ਪੂਰੀ ਹੈ, ਪਰ ਅਸਲ ਬਾਤ ਪਤਾ ਲੱਗੇਗੀ 22 ਅਕਤੂਬਰ ਨੂੰ। ਖਬਰਾਂ ਹੋਰ ਵੀ ਨੇ, ਵਕਤ ਰੁਕਣ ਦਾ ਇਸ਼ਾਰਾ ਕਰ ਰਿਹਾ। ਅਗਲੇ ਹਫ਼ਤੇ ਮਨੋਰੰਜਕ ਦੁਨੀਆ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਵਰਨ ਸਿੰਘ ਟੈਣਾ ਨੂੰ ਆਗਿਆ ਦਿਓ। ਤੁਹਾਡੀ ਬਹੁਤ ਬਹੁਤ ਮਿਹਰਬਾਨੀ।